स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज की वीडियो पिंड बल्लूवाणे की है। बल्लूवाणा पिंड नूं तहसील बठिंडा ते जिला भी नूं बठिंडा ही पैंदा है। बठिंडे तो जदों मलोटल नूं जाने आ तां इस मेन रोड दे उत्ते ही इह पिंड रहि जांदा बल्लूवाणा। इहदा एड्रैस स्क्रीन ते भी लग्गा है। इस पिंड दे विच बाई जी होरी घरे शौक वजों पशु रखदे आ। बाकी जिहड़े इहनां दे पशु आ उहनां दा जिहड़ा बॉडी स्ट्रक्चर है जां इहनां दी शेप उहदे तों तुहानूं अंदाजा हो गया होगा वी इह शौक नाल पशु रखदे ते चंगे दुध वाले पशु जिहड़े आपदे घरे सांभदे आ। इह सारे पशु तुहानूं नाल दिखा दिंदे आ। वैसे इहनां दे विच्चों इक झोटी जिहड़ी तुसीं सामणे देख रहे आ कुंडी ते सोहणी झोटी आ जिहड़ी इह विकाऊ आ। इहदी डिटेल आपां सारी लै लांगे। बाकी पशु जिहड़े दूजे वी तुहानूं जरूर वीडियो दे विच कवर करके दिखावांगे। इह सामणे झोटी तुसीं देख सकदे आ पहले सूए सूई है। बच्चा इहदा हालांकि मर गया सीगा छोटा हुंदा ही ते 14 किलो दुध हजे वी इहदा जिहड़ा इह तैयार है इहदे थल्ले। बाकी मूँह दे विच्चों इह दो दंद है। छोटी उम्र दे विच सूई वी झोटी है। बच्चा मरन करके 14 ते रह गई नहीं हो सकता सीगा वी इह 16-17 किलो दुध ते जिहड़े हिसाब ते इहने आर्डर बाई जी दसदे बनाया सी इहने दुध देना सी। इक इह झोटी तुसीं देख सकदे आ वी बहुत सोहणे थनलेवे दी झोटी है। तुसीं देख सकदे आ पिथी गैप थनां दा। हालांकि इहनां दे विच्चों होर कोई पशु विकाऊ नहीं गा दोस्तो। सिर्फ वेचण वास्ते झोटी है जिहड़ी सामणे गाला कर रही है। सोहणी जी झोटी है इह विकाऊ आ। सारी डिटेल आपां बाई जी होरां तों लै लैंदे आ। वीडियो शुरू करन तों पहलां बेनती जिन्हां ने मेरे इस चैनल नूं अजे तक सबसक्राइब नहीं कीता ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਬੈੱਲ ਆਈਕੋਨ ਵੀ ਪ੍ਰੈਸ ਕਰ ਦਿਓ ਤਾਂ ਕਿ ਜਿਹੜੀ ਮੈਂ ਨਵੀਂ ਵੀਡੀਓ ਅਪਲੋਡ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਦੋਸਤੋ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦਾ ਵੀ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਜਿਹੜਾ ਪਸ਼ੂ ਪਾਲਣ ਦਾ ਕਾਰੋਬਾਰ ਆ ਜਾਂ ਕਿੱਤਾ ਇਹ ਘਰਾਂ ਦੇ ਵਿੱਚ ਔਰਤਾਂ ਹੀ ਕਰਦੀਆਂ। ਹਰੇਕ ਜਿਹੜੇ ਘਰੇ ਪਸ਼ੂ ਰੱਖੇ ਆ ਜੇ ਔਰਤਾਂ ਨੂੰ ਸ਼ੌਂਕ ਆ ਤਾਂ ਉਹਨਾਂ ਘਰਾਂ ਦੇ ਵਿੱਚ ਚੰਗੇ ਇੱਦਾਂ ਦੇ ਤੁਹਾਨੂੰ ਸੋਹਣੇ ਪਸ਼ੂ ਮਿਲਣਗੇ। ਇਸ ਘਰ ਦੇ ਵਿੱਚ ਵੀ ਇੱਕ ਭੈਣ ਜਿਹੜੀ ਪਸ਼ੂਆਂ ਨੂੰ ਸਾਂਭਦੀ ਆ ਆਪ ਉਹਨੂੰ ਸ਼ੌਂਕ ਆ। ਵੀਡੀਓ ਦੇ ਵਿੱਚ ਉਹੀ ਗੱਲਬਾਤ ਕਰਨਗੇ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਆਪਣਾ ਨਾਮ ਦੱਸੋ ਜੀ ਇੱਕ। ਜਸਵੀਰ ਕੌਰ। ਠੀਕ ਹੈ ਜੀ। ਤੇ ਇਹ ਜਿਹੜੀ ਝੋਟੀ ਹੈ ਜੀ ਇਹ ਸਕਰੀਨ ਤੇ ਆਪਾਂ ਦਿਖਾ ਰਹੇ ਹਾਂ ਇਹਨੇ ਕਿੰਨਵੇਂ ਸੂਏ ਸੁਣਾ? ਇਹਨੇ ਦੂਜੇ ਸੂਏ ਸੁਣਾ ਜੀ। ਠੀਕ ਹੈ। ਤੇ ਕਿੰਨੇ ਦਿਨ ਰਹਿੰਦੇ ਆ ਇਹਦੇ ਸੂਣ ਦੇ ਵਿੱਚ? 7 ਤਰੀਕ ਨੂੰ ਦਿਨ ਪੂਰੇ ਆ ਜੀ। 7 ਤਰੀਕ ਨੂੰ ਇਹਦੇ ਦਿਨ ਪੂਰੇ ਆ ਯਾਨੀ 7 ਜੂਨ ਨੂੰ ਦਿਨ ਪੂਰੇ ਆ। ਹਜੇ ਲਗਭਗ 10 ਦਿਨ ਪਏ ਆ ਫਿਰ ਇਹਦੇ ਹਨਾ? 10 ਦਿਨ ਬਾਕੀ। ਠੀਕ ਹੈ। ਤੇ ਪਹਿਲੇ ਸੂਏ ਦਾ ਕੀ ਰਿਕਾਰਡ ਆ ਕਿੰਨਾ ਕੁ ਦੁੱਧ ਦਿੱਤਾ? 14 ਲੀਟਰ ਦੁੱਧ ਦਿੱਤਾ ਵੀਰੇ। 14 ਲੀਟਰ ਦੋਵਾਂ ਟਾਈਮ? ਛੋਟੀ ਉਮਰ ਚ ਸੂਪੀ ਸੀ, 2.5 ਸਾਲ ਦੀ ਸੀ। तीन दिन की सूई 16 किलो दुध तैयार है। झोटी भी थोनू दिखावांगे मज जरूर थोनू उस झोटी की मां थोनू दिखा दिंदे। हालांकि थोड़ा जिहा पता नहीं क्यों फलैरी जिहड़ी इहदे उपर आ गई है। आर्डर तुसीं देख सकदे आ थान हवाना बहुत सोहना मज दा इहदा हैगा। ਇਹ ਘਰ ਦੀ ਮਰਜ਼ੀ ਹੈ ਜੀ ਆਪਣੀ? ਨਹੀਂ ਜੀ, ਲੈ ਕੇ ਆਉਂਦੀ ਅਸੀਂ ਤਾਂ, ਠੀਕ ਹੈ ਨਾ, ਦਿੱਤੀ ਮੇਰੇ ਨੇ। ਅੱਛਾ। ਤੇ ਜਿਹੜੀ ਉਹ ਝੋਟੀ ਹੈ ਉਹਦਾ ਪਤਾ ਕੁਛ ਹੈ ਕਿਹੜੇ ਸਾਹਮ ਦੀ ਹੈਗੀ ਹੈ ਜਾਂ ਕੁਛ ਇਦਾਂ ਦਾ ਰਿਕਾਰਡ ਪਤਾ ਹੋਵੇ ਆਪਾਂ ਨੂੰ? ਤਾਂ ਟੀਕਾ ਭਰਾਇਆ ਜੀ। ਟੀਕਾ ਭਰਾਇਆ ਸੀ ਤੇ ਹੁਣ ਵੀ ਅੱਗੇ ਵੀ ਟੀਕਾ ਹੀ ਭਰਾਇਆ ਇਹਦੇ? ਹਾਂਜੀ, ਹੁਣ ਅੱਗੇ ਵੀ ਟੀਕਾ ਭਰਾਇਆ। ਇਹ ਮੱਝ ਜਿਹੜੀ ਹੈ ਤੁਹਾਨੂੰ ਮਤਲਬ ਤੁਹਾਡੇ ਪੇਕਿਆਂ ਵੱਲੋਂ ਗਿਫਟ ਮਿਲਿਆ ਸੀ ਹੈ ਨਾ ਜੀ? ਹਾਂਜੀ। ਠੀਕ ਹੈ। ਤੇ ਕਿਹੜੇ ਏਰੀਏ 'ਚੋਂ ਹੈਗੇ ਜੀ? ਛੋਟੇ ਹਰਿਆਣੇ ਜ਼ਿਲ੍ਹੇ 'ਚੋਂ ਪੇਕੇ ਆ ਜੀ। ਠੀਕ ਹੈ, ਹਰਿਆਣੇ 'ਚ। ਤੇ ਉੱਥੋਂ ਇਹ ਮੱਝ ਤੁਹਾਡੇ ਕੋਲ ਆਈ ਸੀਗੀ। ਇਹ ਕਿੰਨਵੇਂ ਸੂਏ ਸੂਈ ਹੈ ਕੀ? मतलब कटिया झोटिया सारिया अपने को ही है। एक छोटा बच्चा बैठा हजे। ठीक है। ठीक है। ठीक है। ਤੇ ਇਹਨੇ ਫਿਰ ਜ਼ਿਆਦਾ ਕੱਟੀਆਂ ਹੀ ਦਿੱਤੀਆਂ ਲੱਗਦਾ ਹੈ? ਹਾਂਜੀ, ਸਾਰੀਆਂ ਕੱਟੀਆਂ ਹੀ ਦਿੰਦੀ ਹੈ। ਪੰਜੇ ਕੱਟੀਆਂ। ਤੇ ਇਹ ਝੋਟੀ ਦਾ ਪਹਿਲੇ ਸੂਏ ਦਾ ਬੱਚਾ ਕੀ ਸੀ? ਇਹ ਕੱਟੀ ਹੈ ਜੀ, ਉਹ ਪਿੱਛੇ ਖੜੀ। ਠੀਕ ਹੈ, ਪਹਿਲੇ ਸੂਏ ਇਹਦੀ ਵੀ ਕੱਟੀ ਹੈ? ਹਾਂਜੀ, ਇਹ ਕੱਟੀਆਂ ਹੀ ਦਿੰਦੇ ਆ ਜੀ। ਠੀਕ ਹੈ, ਰਵਾ ਜਿਹੜਾ ਜ਼ਿਆਦਾ ਕੱਟੀਆਂ ਹੀ ਦਿੰਦਾ। ਠੀਕ ਹੈ, ਚਲੋ ਇਹਨੂੰ ਮਾੜਾ ਖੋਲ ਕੇ ਦਿਖਾਇਓ ਜੀ। ਦੂਜੇ ਸੂਏ ਸੋਨਾ ਦੋਸਤੋ, 7 ਜੂਨ ਨੂੰ ਦਿਨ ਪੂਰੇ ਆ। ਮੂੰਹ ਦੇ ਵਿੱਚੋਂ ਇਹ 4 ਦੰਦ ਝੋਟੀ ਹੈ। ਬਹੁਤ ਸੋਹਣੇ ਸਟਰਕਚਰ ਦੀ ਸਿੰਗਾਂ ਦੀ ਮੂੰਹ ਮੱਥੇ ਦੀ ਝੋਟੀ, ਮੂਰਤ ਵਰਗੀ ਝੋਟੀ ਹੈ ਦੋਸਤੋ ਇਹ। ਬਹੁਤ ਉਧਰ ਨੂੰ ਕਰ ਲਓ ਜੀ, ਮੋੜ ਲਓ। ਦੂਜੇ ਸੂਏ ਸੂਣ ਵਾਸਤੇ ਤਿਆਰ ਹੈ।
ਹਜੇ 10 ਤੋਂ 11 ਦਿਨ ਰਹਿੰਦੇ ਥੋੜਾ ਜਿਹਾ ਪਸ਼ੂ ਜਿਹੜਾ ਉਹ ਡਰਦਾ ਰਹਿੰਦਾ ਉੱਪਰੇ ਬੰਦੇ ਨੂੰ ਦੇਖ ਕੇ ਪਰ ਬਹੁਤ ਭਾਰੀ ਉੱਚਾ ਲੰਬਾ ਕੱਦ ਹੈ ਇਹਦਾ ਅਤੇ ਚੌੜੀ ਝੋਟੀ ਹੈ ਜਿਹੜਾ ਹਵਾਨਾ ਥਾਨ ਹੈ ਉਹ ਵੀ ਬਹੁਤ ਸੋਹਣੇ ਆ ਇਹਦੇ ਬਣਤਰ ਬਹੁਤ ਸੋਹਣੀ ਹੈ ਪੂਰਾ ਖੁੱਲੂਗੀ ਥੱਲੋਂ ਹਜੇ ਇਹ ਨਿੱਖੜਵਾਂ ਬਿੱਥੀ ਦੇ ਉੱਤੇ ਇਹਦਾ ਜਿਹੜਾ ਥਾਨ ਹੈ ਲੱਗਾ ਹੋਇਆ ਬਾਕੀ ਮੂੰਹ ਮੱਥਾ ਤਾਂ ਇਹਦਾ ਬਿਲਕੁਲ ਮੂਰਤ ਵਰਗਾ ਹੀ ਹੈ ਜਿਵੇਂ ਸਪੈਸ਼ਲ ਬਣਾਇਆ ਹੋਵੇ ਬਾਕੀ ਤੁਸੀਂ ਦੇਖ ਸਕਦੇ ਹੋ ਦੋਸਤੋ ਸਿੰਘ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਦੋਸਤੋ ਥੋੜ੍ਹਾ ਜਿਹਾ ਉੱਪਰੇ ਬੰਦੇ ਤੋਂ ਡਰਦੀ ਹੈ ਦੋਸਤੋ ਇੱਕ ਬੇਨਤੀ ਮੈਂ ਜਿਹੜੇ ਵੀਰ ਵੀਡੀਓ ਦੇਖਦੇ ਉਹਨਾਂ ਨੂੰ ਜ਼ਰੂਰ ਕਰਨੀ ਚਾਹੂੰਗਾ ਜੇ ਤੁਸੀਂ ਪਸ਼ੂ ਪਾਲਣ ਨਾਲ ਸ਼ੌਂਕ ਰੱਖਦੇ ਹੋ ਅਤੇ ਜੇ ਤੁਹਾਡੇ ਘਰ ਇੱਕ ਪਸ਼ੂ ਚੰਗੀ ਨਸਲ ਦਾ ਚੰਗੇ ਦੁੱਧ ਵਾਲਾ ਆ ਜਾਂਦਾ ਜਿਵੇਂ ਇਹ ਬਾਈ ਜੀ ਹੋਰਾਂ ਕੋਲ ਮੱਝ ਆਈ ਸੀਗੀ ਅਤੇ ਮਗਰੋਂ ਇਹਦੇ ਬੱਚੇ ਜਿਹੜੇ ਸਾਰੇ ਚੰਗੇ ਦੁੱਧ 'ਤੇ ਆਏ ਹੈ ਤਾਂ ਇਵੇਂ ਇੱਕ ਪਸ਼ੂ ਜਿਹੜਾ ਚੰਗਾ ਆ ਜਾਂਦਾ ਤਾਂ ਉਹਦੇ ਗਾਂ ਤੁਹਾਡੇ ਕੋਲ ਜਿਹੜੀ ਉਹਦੀ ਨਸਲ ਆ ਅੱਗੇ ਸੁਧਰ ਜਾਂਦੀ ਹੈ ਸੋ ਕੋਸ਼ਿਸ਼ ਕਰਿਆ ਕਰੋ ਵੀ ਜੇ ਪਸ਼ੂ ਤੁਹਾਨੂੰ ਕੋਈ ਲੱਗਦਾ ਨਰਮ ਆ ਘਰੇ ਉਹਨੂੰ ਕੱਢ ਕੇ ਉਹਦੀ ਥਾਂ 'ਤੇ ਚੰਗਾ ਪਸ਼ੂ ਜ਼ਰੂਰ ਘਰੇ ਪਾ ਲਓ ਤਾਂ ਕਿ ਜਿਹੜਾ ਦੁੱਧ ਆ ਉਹ ਜ਼ਿਆਦਾ ਹੋਵੇ ਕਿਉਂਕਿ ਪਸ਼ੂ ਨੇ ਖੁਰਾਕ ਤਾਂ ਉਨੀ ਖਾਣੀ ਹੁੰਦੀ ਹੈ ਜਿਹੜੇ ਆਪਾਂ ਦੋ ਬੰਨਣ ਦੀ ਬਜਾਏ ਕਿਉਂ ਨਾ ਇੱਕ ਚੰਗਾ ਪਸ਼ੂ ਘਰੇ ਖੜ੍ਹਾ ਹੋਵੇ ਉਨਾ ਦੁੱਧ ਜਿਹੜਾ ਉਹ ਆਪਾਂ ਇੱਕ ਪਸ਼ੂ ਤੋਂ ਲੈ ਲਈਏ ਉਹਦੇ ਨਾਲ ਆਪਣੇ ਜਿਹੜੇ ਲੇਬਰ ਦੀ ਜਿਹੜੀ ਖਰਚਾ ਉਹ ਵੀ ਘੱਟ ਜਾਂਦਾ ਬਾਈ ਜੀ ਇਹਦਾ ਕੀ ਮੁੱਲ ਕਰਦੇ ਹਾਂ ਆਪਾਂ 2 ਲੱਖ ਰੁਪਇਆ ਜੀ 2 ਲੱਖ ਰੁਪਇਆ ਅਤੇ ਇਹਦੇ 'ਚੋਂ ਕੋਈ ਸਮਾਨ ਤਾਨ ਹੋ ਜੂਗਾ ਉਹ ਤਾਂ ਮੌਕਾ ਦੇਖਿਆ ਜਾਊਗਾ ਠੀਕ ਹੈ ਜੀ ਕਿਸਾਨ ਵੀਰੋ 2 ਲੱਖ ਰੁਪਇਆ ਬਾਈ ਜੀ ਹੋਰਾਂ ਨੇ ਇਹਦਾ ਜਿਹੜਾ ਉਹ ਰੇਟ ਰੱਖਿਆ ਹੋਇਆ ਬਾਕੀ ਤੁਸੀਂ ਜਦੋਂ ਆਓਗੇ ਦੇਖੋਗੇ ਤਾਂ ਇਹਨੂੰ ਆਮ ਝੋਟੀ ਨਾ ਸਮਝੋ ਜੇ ਕਾਫੀ ਉੱਚਾ ਲੰਬਾ ਕਰਦਾ ਬਾਕੀ ਵੀਡੀਓ 'ਚੋਂ ਵੀ ਅੰਦਾਜ਼ਾ ਹੋ ਜਾਂਦਾ ਜਾਣਕਾਰ ਵੀਰ ਜਿਹੜੇ ਉਹ ਇਹਦੇ ਤੋਂ ਅੰਦਾਜ਼ਾ ਲਾ ਲੈਂਦੇ ਆ ਉੱਚੀ ਲੰਬੀ ਭਾਰੀ ਅਤੇ ਚੌੜੀ ਝੋਟੀ ਹੈ ਇਹ ਬਾਕੀ ਜਿਹੜਾ ਰੇਟ ਆ ਉਹ ਹਮੇਸ਼ਾ ਜਿਹੜਾ ਮਾਲਕ ਨੇ ਮੰਗਣਾ ਹੁੰਦਾ ਕਿਉਂਕਿ ਉਹਨੂੰ ਆਪਦੀ ਜਦੋਂ ਉਹਨੇ ਪਸ਼ੂ ਨੂੰ ਸਾਂਭਦਾ ਉਹਨੇ ਖਰਚ ਕੀਤਾ ਹੁੰਦਾ ਸੰਭਾਲ ਦੇ ਉੱਤੇ ਟਾਈਮ ਲੱਗਾ ਹੁੰਦਾ ਤਾਂ ਉਹਨੂੰ ਜਿੰਨਾ ਵੀ ਉਹ ਮੁੱਲ ਕਰਦਾ ਉਹਨੂੰ ਉਹ ਥੋੜ੍ਹਾ ਹੀ ਲੱਗਦਾ ਹੁੰਦਾ ਜਿਹਨੇ ਖਰੀਦਣਾ ਉਹਨੂੰ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਤਾਂ ਉਹਨੂੰ ਐਂ ਲੱਗਦਾ ਵੀ ਰੇਟ ਜ਼ਿਆਦੇ ਆ ਸੋ ਇਹ ਜਿਹੜਾ ਰੇਟ ਕਰਨਾ ਜਿਹੜਾ ਉਹ ਮਾਲਕ ਨੇ ਆਪ ਮੁੱਲ ਮੰਗਣਾ ਜਿਹਨੇ ਖਰੀਦਣਾ ਉਹਦਾ ਹੱਕ ਆ ਵੀ ਉਹ ਤਸੱਲੀ ਕਰਕੇ ਆਪਦਾ ਜੱਜ ਦੇ ਰੇਟ ਦੇ ਉੱਤੇ ਪਸ਼ੂ ਦਾ ਸੌਦਾ ਕਰ ਲਏ ਇਹਦੇ 'ਚ ਸਾਡਾ ਜਾਂ ਕੋਈ ਵੀਡੀਓ ਬਣਾਉਣ ਵਾਲਾ ਉਹਦਾ ਇਹਦੇ 'ਚ ਕੋਈ ਰੋਲ ਨਹੀਂ ਹੁੰਦਾ ਕਿਉਂਕਿ ਮੁੱਲ ਮਾਲਕ ਨੂੰ ਹਮੇਸ਼ਾ ਐਂ ਲੱਗਦਾ ਵੀ ਇੰਨਾ ਕੁ ਤਾਂ ਘੱਟ ਹੀ ਹੈ ਕਿਆ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਜੇ ਵੀਰ ਦੇ ਕਿਸੇ ਦੇ ਇਹ ਝੋਟੀ ਪਸੰਦ ਆਉਂਦੀ ਹੈ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ 'ਤੇ ਚੱਲ ਰਿਹਾ ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹਾਂ ਬਹੁਤ ਸੋਹਣੀ ਪਿਓਰ ਮੁਰਾ ਦੇ ਵਿੱਚ ਜਿਹੜੀ ਚੰਗੇ ਦੁੱਧ ਵਾਲੀ ਝੋਟੀ ਆ ਦੂਜੇ ਸੂਏ ਸੂਣ ਵਾਸਤੇ ਤਿਆਰ ਹੈ ਧੰਨਵਾਦ ਦੋਸਤੋ ਵੀਡੀਓ ਵੇਖ